Hello everyone, ਸਤਿ ਸ਼੍ਰੀ ਅਕਾਲ, ਨਮਸਤੇ, ਕਿਵੇਂ ਹੋ ਤੁਸੀਂ ਸਾਰੇ ਲੋਕ? ਮੇਰਾ ਨਾਮ ਹੈ ਹੈਰੀ ਗਿੱਲ ਅਤੇ ਮੈਨੂੰ ਸਮਰ ਗਿੱਲ ਦੇ ਨਾਮ ਤੋਂ ਇਹ ਆਪਾਂ ਚੈਨਲ ਬਣਾਇਆ ਅਤੇ ਇਸ ਚੈਨਲ 'ਤੇ ਆਪਾਂ ਡਿਸਕਸ ਕਰਾਂਗੇ ਕੀ ਪ੍ਰੋਬਲਮਸ ਬੱਚੇ ਫੇਸ ਕਰਦੇ ਨੇ ਆਇਲਸ ਕਰਨ ਤੋਂ ਬਾਅਦ। ਹੁਣ ਜਿਵੇਂ ਕਰੋਨਾ ਸਿਚੁਏਸ਼ਨ ਦੀ ਵਜ੍ਹਾ ਨਾਲ ਵੀਜ਼ਾਸ ਵਗੈਰਾ ਨਹੀਂ ਆ ਪਾ ਰਹੇ ਕੁਝ ਸਟੂਡੈਂਟਸ 'ਤੇ। ਐਕਚੁਅਲੀ ਮੈਂ ਖੁਦ ਵੀ ਸਟੂਡੈਂਟ ਹਾਂ, ਮੈਂ ਗ੍ਰੈਜੂਏਟਿਡ ਹਾਂ ਅਤੇ ਜਸਟ ਇਸੇ ਈਅਰ ਮੈਂ ਆਇਲਸ ਆਪਣੀ ਪਾਸ ਕੀਤੀ ਸੀਗੀ। ਓਵਰਆਲ 7.5 ਬੈਂਡ ਸਕੋਰ ਸੀਗਾ ਮੇਰਾ ਅਤੇ ਮੈਂ ਵੀ ਐਕਚੁਅਲੀ ਅਪਲਾਈ ਕਰ ਰਿਹਾ ਸੀ ਕੈਨੇਡਾ ਲਈ ਅੱਗੇ ਸਟੱਡੀ ਵੀਜ਼ਾ ਲਈ, ਬਟ ਡਿਊ ਟੂ ਦਿਸ ਕਰੋਨਾ ਸਿਚੁਏਸ਼ਨ ਡੈਫਰ ਕਰਾਉਣਾ ਪੈ ਰਿਹਾ ਕੋਰਸਿਸ, ਔਫਰ ਲੈਟਰ ਵੀ ਬੜੀ ਮੁਸ਼ਕਿਲ ਨਾਲ ਆ ਰਿਹਾ ਅਤੇ ਸਮਝ 'ਚ ਨਹੀਂ ਆ ਰਿਹਾ ਕਿ ਕਰਨਾ ਕੀ ਚਾਹੀਦਾ ਆਪਾਂ ਨੂੰ। ਸੋ ਇਹ ਚੈਨਲ 'ਤੇ ਹੁਣ ਅੱਗੇ ਆਉਣ ਵਾਲੇ 6 ਮਹੀਨੇ ਆਪਾਂ ਇਹੀ ਸਭ ਕੁਛ ਡਿਸਕਸ ਕਰਨਾ ਹੈ। ਈਵਨ ਪਰਸਨਲੀ ਵੀ ਮੈਂ ਸਾਰਾ ਕੁਛ ਦੱਸਦਾ ਰਹੂੰਗਾ ਕਿ ਮੈਂ ਕਿਹੜੇ ਕੋਲੇਜ 'ਚ ਅਪਲਾਈ ਕਰ ਰਿਹਾ ਅਤੇ ਕੀ ਆਪਾਂ ਨੂੰ ਚੀਜ਼ਾਂ ਪ੍ਰੋਬਲਮ ਫੇਸ ਕਰਨੀਆਂ ਪੈ ਸਕਦੀਆਂ ਅਤੇ ਉਹਨਾਂ ਪ੍ਰੋਬਲਮਸ ਤੋਂ ਆਪਾਂ ਨੂੰ ਕਿਵੇਂ ਨਿਕਲਣਾ ਹੈ। ਸੋ ਗਾਈਜ਼, ਸਬਸਕ੍ਰਾਈਬ ਕਰਨਾ ਹੋਵੇ ਤਾਂ ਕਰੋ ਅਤੇ ਬਾਕੀ ਆਪਾਂ ਇੱਥੇ ਮਸਤ ਮਾਹੌਲ ਬਣਾ ਕੇ ਰੱਖਣਾ ਹੈ। ਇਹ ਮੇਰੀ ਫਸਟ ਵੀਡੀਓ ਹੈ ਅਤੇ ਹੋਪਫੁਲੀ ਆਪਾਂ ਸਾਰੇ ਮਿਲ ਜੁਲ ਕੇ, ਕੋਈ ਵੀ ਤੁਹਾਨੂੰ ਕੁਰੀ ਹੈ ਜਾਂ ਪ੍ਰੋਬਲਮ ਹੈ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੱਸ ਸਕਦੇ ਹੋ। ਜੇ ਲੱਗੇਗਾ ਤਾਂ ਆਪਾਂ ਉਸ 'ਤੇ ਐਕਸਪਲੇਨ ਕਰਕੇ ਪੂਰੀ ਵੀਡੀਓ ਵੀ ਬਣਾਵਾਂਗੇ, ਨਹੀਂ ਤਾਂ ਜੋ ਵੀ ਸਲਿਊਸ਼ਨ ਹੋਏਗਾ ਆਪਾਂ ਜ਼ਿਆਦਾ ਤੋਂ ਜ਼ਿਆਦਾ ਕਮੈਂਟ ਸੈਕਸ਼ਨ 'ਚ ਉਹਦਾ ਸਲਿਊਸ਼ਨ ਕੱਢਣ ਦੀ ਟਰਾਈ ਕਰਾਂਗੇ। ਤਾਂ ਜਿੰਨੀ ਵੀ ਕੁਆਰੀਜ਼ ਹੋਵੇ ਤੁਸੀਂ ਬੇਹਿਚਕ ਹੋ ਕੇ ਪੁੱਛੋ। ਆਪਾਂ ਸਾਰਿਆਂ ਨੇ, ਭੈਣਾਂ ਭਰਾਵਾਂ ਨੇ ਇਕੱਠੇ ਪਹੁੰਚਣਾ ਹੈ ਸਟੱਡੀ, ਜਿਨ੍ਹਾਂ ਜਿਨ੍ਹਾਂ ਦਾ ਸੁਪਨਾ ਹੈ ਕਿ ਮੈਂ ਕੈਨੇਡਾ ਜਾ ਕੇ ਸਟੱਡੀ ਕਰਨੀ ਸੀਗੀ। ਹੁਣ 1 ਸਾਲ ਆਲਮੋਸਟ ਹੋ ਗਿਆ ਆਪਾਂ ਨੂੰ, ਕਿਸੇ ਆਪਣੇ ਮਿੱਤਰਾਂ ਦੇ ਆਇਲਸ ਦੇ ਕੀ ਕਹਿੰਦੇ ਐਗਜ਼ਾਮ ਦੀ ਡੇਟ ਵੀ ਹੁਣ ਵੈਲਿਡਿਟੀ ਵੀ ਖਤਮ ਹੋਣ ਨੂੰ ਆਈ ਵੀ ਹੈ। ਐਕਚੁਅਲੀ ਈਵਨ ਮੇਰੇ ਖੁਦ ਦੇ ਕਜ਼ਨਸ ਵਗੈਰਾ ਨਾਲ ਇਹ ਚੀਜ਼ ਸਫ਼ਰ ਕਰ ਰਹੇ, ਉਹਨਾਂ ਨੂੰ ਐਗਜ਼ਾਮ ਵਾਪਸ ਤੋਂ ਦੇਣਾ ਪਏਗਾ ਬਿਕੋਜ਼ ਉਹਨਾਂ ਦੀ 2 ਈਅਰਸ ਦੀ ਵੈਲਿਡਿਟੀ ਖਤਮ ਹੋਣ ਵਾਲੀ ਹੈ। ਤਾਂ ਬਹੁਤ ਸਾਰੇ ਐਸਪੈਕਟਸ ਹੈ, ਪ੍ਰੋਬਲਮਸ ਹੈ, ਤਾਂ ਆਪਾਂ ਇਸ ਚੈਨਲ 'ਤੇ ਉਹ ਸਾਰਾ ਕੁਛ ਡਿਸਕਸ ਕਰਾਂਗੇ। ਅਤੇ ਇਸ ਲਈ ਇਹ ਤਾਂ ਹੋ ਗਿਆ ਓਵਰਵਿਊ ਆਪਣੇ ਚੈਨਲ ਦਾ, ਅਤੇ ਆਪਾਂ ਮਿਲਦੇ ਹਾਂ ਆਪਣੀ ਨੈਕਸਟ ਵੀਡੀਓ 'ਚ। ਠੀਕ ਹੈ ਗਾਈਜ਼, ਬਾਏ ਬਾਏ, ਸਤਿ ਸ਼੍ਰੀ ਅਕਾਲ।